ਤੁਸੀਂ ਦੱਸੋ ਕੀ ਬਣਦਾ ਕੀ ਨਵੀਂ ਤਾਜ਼ੀ ਆ। ਮਾਹੌਲ ਬੜਾ ਗਰਮ ਕੀਤਾ ਪਿਆ ਇੰਡਸਟਰੀ ਦਾ। ਇੰਡਸਟਰੀ ਦਾ ਮਾਹੌਲ ਆ ਉਹੀ ਗਰਮ ਰਹਿੰਦਾ ਬ੍ਰੋ, ਕੀ ਕਰੀਏ ਹੁਣ। ਹਾਂ ਮੈਂ ਸਵੇਰੇ ਜਦੋਂ ਸੁੱਤੇ ਉੱਠੀ ਦਾ ਤੇ ਨਾਲ ਹੀ ਏਦਾਂ ਹੁੰਦਾ ਕਿ ਯੂਟਿਊਬ ਭਰੀ ਪਈ ਆ ਕਿ ਆਹ ਗੱਲ ਹੋ ਗਈ ਆਹ ਗੱਲ ਹੋ ਗਈ। ਹੋਰ ਬੜਾ ਕੁਛ ਚੱਲਦਾ ਭਰਾਵਾ, ਪਰ ਯਾਰ ਹੁਣ ਜਦੋਂ ਕਈ ਵਾਰੀ ਇਹੋ ਜਿਹੀ ਸਿਚੁਏਸ਼ਨ ਹੋ ਜਾਂਦੀ ਹੈ ਵੀ ਕੋਈ ਬੰਦਾ ਸਿਰ ਚੜੀ ਜਾਂਦਾ ਚੜੀ ਜਾਂਦਾ ਚੜੀ ਜਾਂਦਾ ਚੜੀ ਜਾਂਦਾ, ਫਿਰ ਉਦੋਂ ਆਪਾਂ ਨੂੰ ਸਿਸਟਮ ਯਾਨੀ ਕਿ ਉਦੋਂ ਬੰਦੇ ਨੂੰ ਕਹਿਣਾ ਪੈਂਦਾ ਵੀ ਯਾਰ ਬਸ ਕਰੋ ਹਨਾ। ਇਸ ਤੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੇ ਮਿਊਜ਼ਿਕ ਵੀਡੀਓ ਡਾਇਰੈਕਟਰ ਰਾਹੁਲ ਚਾਹਲ ਨਾਲ ਲਾਈਵ ਹੋ ਕੇ ਬਿਗ ਬਰਦ ਤੇ ਸਨੀ ਮਾਲਟਨ ਨਾਲ ਪੈਦਾ ਹੋਈ ਵਿਵਾਦ ਤੇ ਚੰਗੀ ਤਰ੍ਹਾਂ ਜਵਾਬ ਦਿੱਤਾ। ਪੂਰੀ ਖਬਰ ਜਾਣਨ ਤੋਂ ਪਹਿਲਾਂ ਜੇਕਰ ਤੁਹਾਨੂੰ ਵੀ ਸਿੱਧੂ ਮੂਸੇਵਾਲਾ ਵਧੀਆ ਲੱਗਦੇ ਹਨ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ। ਆਪਣੇ ਪੁਰਾਣੇ ਸਾਥੀਆਂ ਬਿਗ ਬਰਦ ਤੇ ਸਨੀ ਮਾਲਟਨ ਨਾਲ ਪੈਦਾ ਹੋਈ ਵਿਵਾਦ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਿੱਧੂ ਮੂਸੇਵਾਲਾ ਸੋਸ਼ਲ ਮੀਡੀਆ ਰਾਹੀਂ ਲਾਈਵ ਹੋਏ। ਕੈਨੇਡਾ ਵਿੱਚ ਰਹਿਣ ਵਾਲੀ ਮਿਊਜ਼ਿਕ ਵੀਡੀਓ ਪ੍ਰੋਡਿਊਸਰ ਰਾਹੁਲ ਚਾਹਲ ਦੇ ਨਾਲ ਸਿੱਧੂ ਪੂਰੇ ਵਿਵਾਦ ਬਾਰੇ ਗੱਲ ਕੀਤੀ ਜੋ ਕਿ ਤੁਸੀਂ ਖੁਦ ਇਸ ਵੀਡੀਓ ਵਿੱਚ ਦੇਖ ਸਕਦੇ ਹੋ। ਤੋ ਆਦਤ ਪੈ ਰਹੀ ਹੈ, ਪਤਾ ਕੀ ਗੱਲ ਹੈ ਵੀਰੇ, ਹੁਣ ਪਤਾ ਮੈਂ ਤੁਹਾਨੂੰ ਦੱਸਦਾ ਵੀ ਕੀ ਸਿਚੁਏਸ਼ਨ ਹੁੰਦੀ ਹੈ। ਜਿਹੜੇ ਵੀ ਭਰਾ ਹਨਾ ਕੰਟਰੋਵਰਸੀ ਵਾਲਾ ਕੁਐਸਚਨ ਵੀ ਪੁੱਛਦੇ ਹੋ ਵੀ ਯਾਰ ਸਾਨੂੰ ਸੌਂ ਲੱਗੇ ਵੀ ਸਾਲਾ ਸਾਨੂੰ ਆਪ ਨੂੰ ਨਹੀਂ ਪਤਾ ਹੁੰਦਾ ਵੀ ਭੈਣ ਕੱਲ ਨੂੰ ਕੀ ਹੋਣਾ ਜਾਂ ਵੀ ਕਿੱਧਰੋਂ ਕੀ ਆਉਣਾ ਵੀ। ਹੁਣ ਤਾਂ ਅਸੀਂ ਨਾ ਜਾਣਾ ਕਹਿੰਦਾ ਘਟੋਲ ਜੇ ਨੀ ਹੋਏ ਪਏ ਹੁੰਦੇ, ਘਟੋਲ ਜੇ ਹੋਏ ਪਏ ਆ ਵੀ ਚੱਲ ਕੋਈ ਨੀ ਜੋ ਆਊਗਾ ਦੇਖਿਆ ਜਾਏਗਾ ਹਨਾ। ਹੁਣ ਇਹ ਆ ਜਾਂ ਵੀ ਯਾਰ ਵੀ ਹੁਣ ਕੋਸ਼ਿਸ਼ ਕਰਦੇ ਹਾਂ ਵੀ ਆਪਾਂ ਵੀ ਚਲੋ ਇਹ ਚੀਜ਼ਾਂ ਨਾ ਵੀ ਕਰੀਏ ਕਿਉਂਕਿ ਵੀ ਠੀਕ ਹੈ, ਪਰ ਯਾਰ ਹੁਣ ਜਦੋਂ ਕਈ ਵਾਰੀ ਇਹੋ ਜਿਹੀ ਸਿਚੁਏਸ਼ਨ ਹੋ ਜਾਂਦੀ ਹੈ ਵੀ ਕੋਈ ਬੰਦਾ ਸਿਰ ਚੜੀ ਜਾਂਦਾ ਚੜੀ ਜਾਂਦਾ ਚੜੀ ਜਾਂਦਾ ਚੜੀ ਜਾਂਦਾ, ਫਿਰ ਉਦੋਂ ਆਪਾਂ ਨੂੰ ਸਿਸਟਮ ਯਾਨੀ ਕਿ ਉਦੋਂ ਬੰਦੇ ਨੂੰ ਕਹਿਣਾ ਹੀ ਪੈਂਦਾ ਵੀ ਯਾਰ ਬਸ ਕਰੋ ਹਨਾ ਵੀ ਠੀਕ ਹੈ ਨਾ। ਵੀ ਇਹ ਚੀਜ਼ਾਂ ਹੋ ਜਾਂਦੀਆਂ ਕਈ ਵਾਰੀ ਆਪਾਂ ਚਾਹੁੰਦੇ ਵੀ ਨਹੀਂ ਹੁੰਦੇ ਵੀ ਕਈ ਚੀਜ਼ਾਂ ਹਨਾ, ਪਰ ਬਾਈ ਇਹ ਕੋਈ 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 ਵੀ ਜਾਣ ਕੇ ਨਹੀਂ ਕਰਦਾ। ਜੇ ਆਪਾਂ ਕਹੀਏ ਜਾਂ ਸਾਡੀ ਗੱਲ ਹੋ ਗਈ ਜਾਂ ਕੋਈ ਹੋਰ ਹੋ ਗਿਆ, ਕੋਈ ਵੀ ਬੰਦਾ ਨਹੀਂ ਇਹ ਜਾਣ ਕੇ ਕਰਦਾ ਹੁੰਦਾ ਵੀ ਕਈ ਵਾਰੀ ਹਾਲਾਤ ਇਹੋ ਜਿਹੇ ਹੋ ਜਾਂਦੇ ਆ ਬਾਈ। ਹਰੇਕ ਆਪਾਂ ਆਫਟਰ ਆਲ ਸਾਰੇ ਆਪਾਂ ਇਨਸਾਨ ਹੀ ਹਾਂ ਬਾਈ, ਸਾਰਿਆਂ ਨੂੰ ਗੁੱਸਾ ਆਉਂਦਾ, ਸਾਰਿਆਂ ਨੇ ਇਮੋਸ਼ਨਸ ਨੇ ਹਨਾ, ਹੋ ਜਾਂਦਾ ਬਾਈ ਹੁਣ ਵੀ ਕੋਈ ਜਾਣ ਕੇ ਨਹੀਂ ਕੋਈ ਵੀ ਨਹੀਂ ਕਰਦਾ ਹੁੰਦਾ। ਤੇ ਜਿਹੜੇ ਹੋਰ ਵੀ ਬੰਦੇ ਨੇ ਉਹ ਮੈਨੂੰ ਕਈ ਪੁੱਛ ਰਹੇ ਬਾਈ ਤੁਸੀਂ ਗਾਣਾ ਤੇ ਵੀਡੀਓ ਆਪ ਲੀਕ ਕਰਦੇ ਹੋ, ਮੈਂ ਕਿਹਾ ਯਾਰ ਇੱਕ ਚੀਜ਼ ਸਮਝੋ, ਜੇ ਗਾਣਾ ਤੇ ਵੀਡੀਓ ਅਸੀਂ ਖੁਦ ਲੀਕ ਕਰਨੀ ਹੋਵੇ, ਜਿਹੜੇ ਬੰਦੇ ਨੇ $10,000 ਅਲੱਗ ਲਾਇਆ ਤੇ ਆਡੀਓ ਦੇ ਵੱਖਰੇ ਪੈਸੇ ਲਾਏ ਹੋਣ, ਸਾਰਾ ਕੁਛ ਲਾਇਆ ਹੋਵੇ, ਮੈਂ ਕਿਹਾ ਉਹ ਆਪਣਾ ਗਾਣਾ ਲੀਕ। ਜਿਵੇਂ ਕਿ ਤੁਸੀਂ ਦੇਖਿਆ ਕਿ ਸਿੱਧੂ ਮੂਸੇਵਾਲੇ ਨੇ ਰਾਹੁਲ ਚਾਹਲ ਦੇ ਪੁੱਛਣ ਤੇ ਕਿਹਾ ਕਿ ਜਿਹੜੇ ਗਾਣੇ ਲੀਕ ਹੁੰਦੇ ਹਨ ਉਹਨਾਂ ਤੇ ਬਹੁਤ ਜ਼ਿਆਦਾ ਇਨਵੈਸਟਮੈਂਟ ਲੱਗੀ ਹੋਈ ਹੁੰਦੀ ਹੈ ਅਤੇ ਇਹ ਹੋ ਹੀ ਨਹੀਂ ਸਕਦਾ ਕਿ ਸਿੱਧੂ ਖੁਦ ਉਹਨਾਂ ਦਾ ਗਾਣਾ ਲੀਕ ਕਰ ਦੇਣ, ਕਿਉਂਕਿ ਇਸ ਨਾਲ ਉਹਨਾਂ ਨੂੰ ਭਾਰੀ ਨੁਕਸਾਨ ਵੀ ਹੋ ਜਾਂਦਾ ਜੋ ਕਿ ਕੋਈ ਵੀ ਕਰਵਾਉਣਾ ਨਹੀਂ ਚਾਹੇਗਾ। ਇਸ ਤੋਂ ਇਲਾਵਾ ਸਿੱਧੂ ਨੇ ਇਹ ਵੀ ਕਿਹਾ ਕਿ ਜਿਹੜੇ ਵਿਵਾਦ ਉਹਨਾਂ ਬਾਰੇ ਪੈਦਾ ਹੁੰਦੇ ਹਨ ਉਹਨਾਂ ਉੱਪਰ ਵੀ ਕਿਸੇ ਦਾ ਕੋਈ ਜ਼ੋਰ ਨਹੀਂ ਹੁੰਦਾ ਅਤੇ ਇਹ ਪੈਦਾ ਹੁੰਦੇ ਹੀ ਰਹਿਣਗੇ ਜਿੰਨੀ ਦੇਰ ਤੁਸੀਂ ਕੰਮ ਕਰਦੇ ਰਹੋਗੇ। ਤੇ ਦੋਸਤੋ ਸਿੱਧੂ ਮੂਸੇਵਾਲੇ ਦੀਆਂ ਰਾਹੁਲ ਚਾਹਲ ਨਾਲ ਕੀਤੀ ਗੱਲਬਾਤ ਤੇ ਤੁਹਾਡੇ ਕੀ ਵਿਚਾਰ ਹਨ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੱਸਣਾ। ਧੰਨਵਾਦ, ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ।